ਸਲੀਮ ਸਿਪਰਾ ਜੋਕ ਪੰਜਾਬੀ ਚੈਨਲ ਦੇ ਨਾਲ ਹਾਜ਼ਰ ਹੈ ਤੇ ਅੱਜ ਮੈਂ ਇੱਥੇ ਚੱਕ ਸਾਡਾ 1699 ਰਮੋਣਾ ਤਹਿਸੀਲ ਬੋਣਾ ਡਿਸਟ੍ਰਿਕਟ ਨਿਉਟ ਅੱਜ ਸਾਡੇ ਨਾਲ ਬਾਬਾ ਅਜੀਤ ਸਾਹਿਬ ਅਜੀਤ ਜੀ ਨਾ ਨਾ ਬਾਬਾ ਜੀ ਅਬਦੁਲ ਅਜੀਤ ਸਾਹਿਬ ਤੇ ਬਾਬਾ ਜੀ ਜਿਹੜੇ ਉਸ ਵਕਤ 14 ਸਾਲ ਦੇ ਸੋ ਤਕਰੀਬਨ 12 ਖਾਲ ਜੀ ਬਾਬਾ ਜੀ 12 ਸਾਲ ਦੇ ਸਨ ਜਦੋਂ ਇਹ ਪੰਜਾਬ ਦੀ ਵੰਡ ਜਿਸਮ ਜੋ ਵਡ ਹੋਈ ਹੈ ਤੇ ਅੱਜ ਅਸੀਂ ਬਾਬਾ ਜੀ ਕੋਲੋਂ ਆਪਣੀ ਕਹਾਣੀ ਸੁਣਨੀ ਹੈ ਠੀਕ ਹੈ ਜੀ ਬਾਬਾ ਜੀ ਹਾਂ ਜੀ ਇਨਸ਼ਾ ਅੱਲਾਹ ਥੋੜਾ ਜਿਹਾ ਬਾਬਾ ਜੀ ਉੱਚਾ ਬੋਲਣਾ ਉੱਚਾ ਬਲੇਸ ਜੀ ਉੱਚਾ ਬਲਿੰਦਾ ਨਾਸਤੇ ਨਾ ਕੀ ਹੋਇਆ ਆਪਣਾ ਮੇਰਾ ਨਾਮ ਅਬਦੁਲ ਅਜ਼ੀਜ਼ ਹੈ ਬਲ ਮਮਦ ਇਸਮਾਇਲ ਮਮਦ ਇਸਮਾਇਲ ਤੇ ਇਹ ਦੱਸੋ ਬਈ ਜਿਹੜਾ ਹੈ ਉੱਥੇ ਆਪਣਾ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਸਹੋਂਗੜਾ ਸੋਂਗੜਾ ਤਹਿਸੀਲ ਕਿਹੜੀ ਸੀ ਤਹਿਸੀਲ ਗੜ ਸ਼ੰਕਰ ਗੜ ਸ਼ੰਕਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਅੱਛਾ ਅਸੀਂ ਹੁਸ਼ਿਆਰਪੁਰ ਦਾ ਅਗਲੇ ਦਿਨ ਵੀ ਇੱਕ ਬੰਦੇ ਦਾ ਇੰਟਰਵਿਊ ਤੇ ਤੁਹਾਡੇ ਨਾਲ ਹੀ ਸੀ ਕਿਦੇ ਦੱਸੂਗਾ ਦਸੂਆ ਮਿਆਣੀ ਦਸੂਆ ਮਿਆਣੀ ਤੁਹਾਡੇ ਨੇੜੇ ਹੀ ਸੀ ਨਹੀਂ ਨੇੜੇ ਮੈਂ ਨਹੀਂ ਵੇਖੀ ਨਹੀਂ ਸੁਣੀ ਹੋਈ ਹੈ ਅੱਛਾ ਅੱਛਾ ਤੇ ਦੱਸੋ ਤੁਸੀਂ ਕਿਹੜੇ ਸਾਰੇ ਸਜੇ ਸਲਸਤ ਨਿਕਲੇ ਹੋ तकरीबन 12 ਕੇ ਸਾਲ ਦਾ ਮੈਂ 12 ਸਾਲਾਂ ਦਾ ਤੇ ਤੁਹਾਡੇ ਪਿੰਡ ਦੇ ਨਾਲ ਹੋਰ ਕਿਹੜੇ ਉੱਥੇ ਮਸ਼ਹੂਰ ਪਿੰਡ ਸੀ ਪਿੰਡ ਦੇਖੋ ਸਾਡਾ ਪਿੰਡ ਉਥੇ ਸੁੜਵਾ ਸੀਗਾ ਸੁੜਵਾ ਸੁੜਵਾ ਸੀਗਾ ਉਹ ਕਸਬਾ ਸੀਗਾ ਉੱਥੇ ਹਾਈ ਸਕੂਲ ਵੀ ਸੀਗਾ ਜੀ ਆ ਤੇ ਸਾਡੇ ਦੇ ਦੁਰਗਨ ਉੱਥੇ ਪੜਿਆ ਅੱਛਾ ਤੇ ਸਾਡੇ ਕੋਲ ਆਪਣਾ ਸਮੁੰਦਰਾ ਸੀਗਾ ਤੋਂ ਵੀ ਛੋਟਾ ਕਸਬਾ ਸੀਗਾ ਸਮੁੰਦਰਾ ਹਾਂ ਸਮੁੰਦਰਾ ਜੀ ਉੱਥੇ ਪ੍ਰਾਇਮਰੀ ਸਕੂਲ ਸੀਗਾ ਚੌਥੀ ਤਾਈ ਉੱਥੇ ਮੈਂ ਪੜਿਆ ਤਿੰਨ ਜਮਾਤ ਤੂੰ ਤਿੰਨ ਜਮਾਤ ਤੇ ਉਸਤਾਦ ਜਿਹੜਾ ਤੁਹਾਡਾ ਪਿੰਡ ਆ ਉੱਥੇ ਸਾਰੇ ਮੁਸਲਮਾਨਾਂ ਦਾ ਪਿੰਡ ਸੀ ਨਾ ਜੀ ਸਾਰੇ ਸਿੱਖਾਂ ਦਾ ਪਿੰਡ ਆ ਚੰਦਗਰ ਮੁਸਲਮਾਨਾਂ ਦੇ ਆ ਤੇ ਸਚ ਮਾਰਾ ਝੂੜ ਜਾਂਦੇ ਆ ਅੱਛਾ ਤੇ ਤੁਸੀਂ ਜਿਹੜਾ ਸਕੂਲ ਉਸਤਾਦ ਤੁਹਾਡੇ ਜਿਹੜੇ ਨੂੰ ਸਾਰੇ ਸਰਦਾਰਾਂ ਸਿੱਖਾਂ ਜੀ ਮੁਸਲਮਾਨ ਵੀ ਉਸਤਾਦ ਦੋਵੇਂ ਖਤਰੀ ਆਂ ਜਿਹੜੇ ਉਸਤਾਦ ਆਂ ਤੁਹਾਡੇ ਜਿਹੜੇ ਉਸਤਾਦ ਇੱਕ ਉਸ ਸਮੁਗਲੇ ਦਾ ਜਿੱਥੇ ਸਕੂਲ ਸਾਡਾ ਸਿੱਖ ਤੂੰ ਬਾਹਰੋਂ ਆਂਦਾ ਹੁੱਕਾ ਪੀਂਦਾ ਸੀ ਉਹ ਤੇ ਤੁਹਾਨੂੰ ਉਸ ਵਕਤ ਤੇ ਆਪਣੇ ਕੋ ਸੰਗੀ ਕੋ ਕਲਾਸ ਫੈਲ ਉਸਤਾਦਾਂ ਦੇ ਨਾਂ ਯਾਦ ਐਨ ਉਸਤਾਦਾਂ ਦੇ ਨਾਂ ਯਾਦ ਕੋਈ ਨਹੀਂ ਦੋ ਸੰਗੀ ਐਨ ਮੇਰੇ ਇੱਕ ਦਾ ਨਾਮ RAMJIDDAS ਹੈ ਇੱਕ ਦਾ ਨਾਮ KARNAIL SINGH ਹੈ ਜਿਹੜੇ ਮੇਰੇ ਜਮਾਤੀ ਆਂ ਤਕਰੀਬਨ ਤੇ ਉਸ ਤੋਂ ਪਿੱਛੇ ਤੇ ਕੋਈ ਰابطਾ ਤੁਹਾਡਾ ਨਹੀਂ ਹੁਣ ਨਾਲ ਉਸ ਤੋਂ ਬਾਅਦ ਇੱਕ ਮੇਰਾ ਦੋਸਤ ਆ ਸਮੁਗਲੇ ਦਾ ਜਿੱਥੇ ਸਕੂਲ ਹੈ ਉੱਥੋਂ ਦਾ ਜੀ ਆ ਉਹਦਾ ਨਾਮ ਆ ਆਪਣਾ ਉਹਦਾ ਨਾਂ ਸੀਗਾ ਜੇ ਨਾਂ ਹੀ ਬੁਲਕਿਆ ਉਹਦਾ ਨਾਨਕ ਦਾ ਸੀਗਾ ਉਹ ਪੁੱਤਰ ਉਹਦੇ ਨਾਮ ਖਤੋ ਕਿਤਾਬਤ ਵੀ ਰਹੀ ਹੈ ਮੇਰੀ ਅੱਥੇ ਅੰਤਾਲਾ ਤੱਕ ਤਾਲਾ ਤੱਕ ਅੱਛਾ ਉਹਦਾ ਨਾਂ ਜੈ ਤਿਲੂ ਰਾਮ ਤਿਲੂ ਰਾਮ ਤਿਲੂ ਰਾਮ ਦਾ ਨਾਂ ਸੀ ਉਹਦੇ ਬਾਪ ਦਾ ਨਾਂ ਸੀਗਾ ਨਾਨਕ ਨਾਨਕ ਉਹਦੀ ਦੁਕਾਨ ਸੀਗੀ ਉੱਥੋਂ ਦੇ ਨਾਲ ਜੇ ਛੁੱਟੀ ਦੇ ਦਿਨ ਉਹਦੇ ਘਰ ਚਲੇ ਜਾਂਦੇ ਉਹਦੇ ਪੂੜੀਆਂ ਤੇ ਹਲਵਾ ਵੀ ਖਾ ਜਾਂਦਾ ਸੀ ਮੈਂ ਅੱਛਾ ਉਹਨਾਂ ਦੀਆਂ ਉਹਨਾਂ ਦੀਆਂ ਅੱਛਾ ਉਹਨਾਂ ਕੋਲ ਆਪਣਾ ਪੈਨਸਲ ਸਿਆਹੀ ਕਲਮੋਸ ਦੇ ਲੈਂਦੇ ਸਨ ਚਲੇਟ ਚਲੇਟੀ ਸਹੀ ਤੇ ਅੱਛਾ ਇਹ ਦੱਸੋ ਤੁਸੀਂ ਘਰ ਦੇ ਕਿੰਨੇ ਜੀ ਸੋ ਉੱਥੇ ਉਸ ਵੇਲੇ ਅਸੀਂ ਤਕਰੀਬਨ ਤਿੰਨ ਹੀ ਬੰਦੇ ਸੀ ਬਾਪ والدہ ਔਰ ਮੈਂ ਮੈਂ ਔਰ ਭੈਣ ਭਾਈ ਕੋਈ ਨਹੀਂ ਸੀ ਭੈਣ ਭਾਈ ਜਿਹੜੇ ਛੋਟੇ ਫੌਤ ਹੋ ਗਏ ਸੀ ਇੱਕ ਬੱਚੀ ਸੀ ਜੀ ਨਾਲ ਸਾਡੇ ਸਾਥ ਛੋਟੀ ਤੇ ਘਰ ਜਿਹੜਾ ਤੁਹਾਡਾ ਹੈ ਹੁਣ ਤੁਹਾਨੂੰ ਕੋਈ ਜ਼ਹਿਨ ਨਹੀਂ ਜਾਂਦਾ ਪਰ ਘਰ ਤੁਹਾਡਾ ਕਿਸ ਸਾਈਡ ਤੇ ਸੀ ਗੁਰਦੁਆਰੇ ਦੇ ਨਾਲ ਸੀ ਸਕੂਲ ਦੇ ਨਾਲ ਸੀ ਉਹੀ ਗੁਰਦੁਆਰਾ ਨੇ ਸੀ ਕੋਈ ਸਕੂਲ ਨਹੀਂ ਸੀ ਉੱਥੇ ਸਾਡੇ ਨਾਲ ਆਪਣੇ ਸੁਨਾਰਿਆਂ ਦੇ ਮਕਾਨ ਸੀਗੇ ਮੈਂ ਉਹ ਘਰ ਦੀ ਕੋ ਗਲੀ ਨਕਸ਼ਤ ਨੂੰ ਯਾਦ ਹੈ ਨਕਸ਼ਤ ਹੁਣ ਕੀ ਤੁਹਾਨੂੰ ਦੱਸਦਾ ਇੱਥੋਂ ਤੁਸੀਂ ਜਾਓ ਫਰਦ ਕੋਈ ਇੰਜਨ ਜਾਣਾ ਕਿਹੜੇ ਪਾਸੇ ਜਾਣਾ ਕੋ ਰਾਹ ਯਾਦ ਹੈ ਤੁਹਾਨੂੰ ਰਾਹ ਤਾਂ ਯਾਦ ਹੋਣਾ ਹੋਇਆ ਬਈ ਇਹਦੇ ਇੱਥੋਂ ਜਾਵਣਾ ਹੋਏ ਸਿੱਧਾ ਆਪਣੇ ਆਪਣਾ ਤਸਵੀਰ ਸਮੁੰਦਰੇ ਨੀ ਨਹੀਂ ਨਹੀਂ ਗੜਾ ਚੱਕ ਦੇ ਤੁਹਾਡਾ ਘਰ ਪਿੰਡ ਦੀ ਉਹਦੀ ਗੱਲ ਕਰਦੇ ਉਹਦੀ ਗੱਲ ਤੋਂ ਛੋਟੀਆਂ ਗਲੀਆਂ ਤੇ ਮੱਕੀ ਗਲੀਆਂ ਦੇ ਨਾਮ ਦੱਸਾਂ ਸਾਡੇ ਚੱਕ ਦੇ درمیان ਦੇ ਵਿੱਚ ਬੜਾ ਨਾਲਾ ਜਿਹਾ ਗੁਜ਼ਰਦਾ ਸੀ ਪਾਲਾਂ ਦੇ ਪਾਲ ਨੇੜੇ ਸੰਭਿਲਤ ਅੱਛਾ بارش ਹੁੰਦੀ ਸੀ ਪਾਲਾਂ ਦਾ ਪਾਣੀ ਉੱਤੇ ਆ ਜਾਂਦਾ ਸੀ ਅੱਛਾ ਪਿੰਡ ਵਿੱਚ ਪਿੰਡ ਦੇ ਵਿੱਚ ਯਾਨੀ ਕੋਈ ਖਾ ਖਾਸ ਦੇ ਵਿੱਚ ਉਹਦੇ ਵਿੱਚ ਰਸਾ ਬਣ ਕੇ ਲੰਘਦੇ ਹੁੰਦੇ ਸੀ ਅੱਛਾ ਤੇ ਇਹ ਦੱਸੋ ਤੁਹਾਨੂੰ ਕਿ ਕਿਨਾਰਾਂ ਦੀ ਦੁਕਾਨ ਸੀਗੀ ਬਾਜ਼ਾਰ ਦੇ ਵਿੱਚ ਲੱਟ ਡੁੰਗਾ ਦੇ ਵਿੱਚ ਤਿੱਕੂ ਬਦਮਾਸ਼ ਵੀ ਸੁਣਿਆ ਤੁਹਾਡਾ ਬੇਲੀ ਬਦਮਾਸ਼ ਬ੍ਰਾਮ ਸਿੰਘ ਬ੍ਰਾਮ ਸਿੰਘ ਬਦਮਾਸ਼ ਇਲਾਕੇ ਦਾ ਸੀਗਾ ਅੱਛਾ ਤੁਹਾਡਾ ਬੇਲੀ ਸਾਰੇ ਇਲਾਕੇ ਦਾ ਬਦਮਾਸ਼ ਬਦਮਾਸ਼ ਸੀਗਾ ਸਾਡਾ ਕਾਰਖਾਨਾ ਸੀਗਾ ਤੇਲ ਕੱਢਣ ਦਾ ਉਹਦੇ ਨਾਲ ਉਹਦਾ ਆਪਣੀ ਹਵੇਲੀ ਸੀਗੀ ਅੱਛਾ ਤੁਹਾਡਾ ਕਾਰਖਾਨਾ ਸੀ ਤੇਲ ਦਾ ਤੇਲ ਦਾ ਉਹਦੇ ਵਾਲਦ ਸਾਹਿਬ ਕੰਮ ਕਰਦੇ ਸੀ ਕਰਦੇ ਸੀ

ਜਿਸ ਵੇਲੇ ਆਨਾਵ ਕਥਨ ਮੈਂ ਜਾਂਦਾਂ ਪੁਲਿਸ ਆ ਰਹੀ ਹੈ ਮੈਂ ਫਲਾਣੀ ਜਗ੍ਹਾ ਤੇ ਹੁਣਾ ਉਹਨਾਂ ਨਾਲ ਲੈ ਕੇ ਆ ਜਾ ਮੀ ਤੂੰ ذکھال دوں ہاں پھੜ ਲਾ ਮੈਨੂੰ ਕਿਪ ਸੰ ਕਰਦੇ ਕੋਈ ਲਾ ਮੈਂ ਜਾਣਾ ਚਾਹਾਂ ਤੇਰਾ ਕੀ ਆ ਪਾਣੀ ਧੁੱਕਾ ਉਸ ਤੋਂ ਬਾਅਦ ਕਹਿੰਦਾ ਇੱਕ ਦਿਨ ਉਹ ਆ ਗਏ ਅੱਛਾ ਪੁਲਿਸ ਵਾਲੇ ਉਹ ਸਿਪਾਹੀ ਮੇਰੇ ਕੋ ਆਇਆ ਤੇ ਪੁਲਿਸ ਆ ਉਹਨਾਂ ਕਹਿੰਦਾ ਹਾਂ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਫੜ ਲਾ ਤੁਹਾਡੀ ਮਰਜ਼ੀ ਹੈ ਮੈਂ ਇਸ ਵਾਸਤੇ ਪਿੱਛੇ ਨਹੀਂ ਛੇੜਨਾ ਉਸ ਦਾ ਦਿਖਾ ਦੇ ਉਹ ਲੈ ਗਿਆ ਬੋੜਾ ਵੱਡਾ ਚੱਪੜ ਸੀਗਾ ਉਹਦੇ ਕਿਨਾਰੇ ਦੇ ਉੱਤੇ ਜਾ ਕੇ ਰੁੱਖ ਆਖੇ ਦੇਖੋ ਆਖੜਾ ਨੇ ਜਾ ਕੇ ਕੋੜੇ ਦੇ ਉੱਤੇ ਜਾ ਕੇ ਫਲ ਡਿਓ ਉਹਨਾਂ ਮੁੰਦੂਏ ਪਾਸੋਂ ਕਰਕੇ ਅਟਕੇ ਖੜਾ ਆ ਗਿਆ ਬੁੱਲਾਸਾਲ ਨੇੜੇ ਹੀ ਨਗਾ ਨੇੜੇ ਕਿਹਾ ਨੇੜੇ ਜਾਵਣਾ ਇੱਥੇ ਬਾਬਾ ਜੀ ਇਹ ਦੱਸੋ ਇਹ ਪਿੰਡ ਵੀ ਉੱਥੇ ਹੈ ਇਹ ਦੱਸੋ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਵੀ ਹੁਣ ਪਾਕਿਸਤਾਨ ਬਣ ਗਿਆ ਤੇ ਹੁਣ ਆਪਾਂ ਜਾਣਾ ਸਾਨੂੰ ਹੁਣ ਕਹਾਣੀ ਤੁਸੀਂ ਜਿਹੜੀ ਹੈ ਨਾ ਪਤਾ ਲੱਗਣ ਤੋਂ ਲੈ ਕੇ ਤੇ ਇੱਥੇ ਰਮਵਾਂ ਆਪਣੇ ਤੱਕ ਸੁਣਾਉਣੀ ਹੈ ਦੇਖੋ ਜੀ ਪਤਾ ਤਾਂ ਇਸ ਤਰ੍ਹਾਂ ਲੱਗ ਜਾਂਦਾ ਸੀਗਾ ਵੀ ఎలక్షన్ హో ਰਹੇ ਨੇ ਜਿਸ ਇਲਾਕੇ ਮੁਸਲਮਾਨੇ ਜ਼ਿਆਦਾ ਹੋਣੇ ਆ ਨਾ ਉਹ ਇਲਾਕੇ ਮੁਸਲਮਾਨਾਂ ਨੂੰ ਮਿਲ ਜਾਣਗੇ ਜਿੱਥੇ ਹਿੰਦੂ ਜ਼ਿਆਦਾ ਹੋਣਗੇ ਉਹ ਹਿੰਦੂ ਲੈ ਜਾਣਗੇ ਅੱਛਾ ਫਿਰ ఎలక్షన్ ਹੋਇਆ ਜੀ ఎలక్షన్ ਦੇ ਵਿੱਚ ਜਿਹੜੇ ਹਿੰਦੂਆਂ ਦੇ ਸੀਗੇ ਜਾਤੀ ਵਾਲੇ ਉਹ ਹਿੰਦੂ ਲੈ ਕੇ ਜਿਹੜੇ ਮੁਸਲਮਾਨ ਸੀਗੇ ਜਿਹੜਾ ਸਾਡਾ ਇਲਾਕਾ ਸੀਗਾ ਨਾ ਉੱਥੇ ਕੇ ਉੱਥੇ ਸਾਰੇ ਮੁਸਲਮਾਨ ਸੇਖੀ ਸੀਗੇ ਮੁਸਲਮਾਨਾਂ ਦੇ ਪੈਨ ਸੀਗੇ ਥੋੜੇ ਜੀ ਸਾਡੇ ਆਜ਼ਦ ਵਾਲੇ ਪੈਨ ਸੀਗਾ ਆਜ਼ਾਦ ਪਿੰਡ ਦੱਸਣ ਤਾਂ ਜੀ ਜੀ ਸਾਡੇ ਆਲ ਵਾਲੇ ਇੱਕ ਸੀਗਾ ਆਪਣਾ ਫੁੱਲੂ ਦਾ ਚੱਕ ਸਹੀ ਹੈ ਇੱਕ ਸੀਗਾ ਗੁਜਰਾਂ ਦਾ ਚੱਕ ਗੁਜਰਾਂ ਦੇ ਚੱਕ ਤੇ ਗੁਜ਼ਰ ਕੇ ਅਸੀਂ ਸਕੂਲੇ ਜਾਂਦੇ ਹੁੰਦੇ ਸੀਗੇ ਇੱਕ ਸੀਗਾ ਆਲਵਾਲ ਆਲਵਾਲ ਸੀ ਹਾਂ ਇਹ ਕਾਲੋ ਆਲ ਸੀਗਾ ਅੱਛਾ ਨਹੀਂ ਮੈਂ ਜਿਹੜੀ ਗੱਲ ਪੁੱਛ ਰਿਹਾ ਨਾ ਵੀ ਤੁਹਾਨੂੰ ਮਤਲਬ ਕਿਵੇਂ ਪਤਾ ਲੱਗਾ ਵੀ ਹੁਣ ਪਾਕਿਸਤਾਨ ਬਣ ਗਿਆ ਉਹ ਤਾਂ ਸਮਝ ਨਹੀਂ ਕੋ ਨਿਆਣੇ ਦਾ ਸੀ ਅਸੀਂ ਵੱਡੇ ਵੱਡੇ ਆਸਾਂ ਪਤਾ ਲੱਗਿਆ ਪਾਕਿਸਤਾਨ ਬਣ ਗਿਆ ਉਸ ਵੇਲੇ ਤਕਰੀਬਨ ਤੇ ਮੁਰਕੀਵੇਂ ਟੁਰੇ ਉੱਤ ਤੁਹਾਨੂੰ ਮਤਲਬ ਸਰਕਾਰਾਂ ਨੇ ਤਾਂ ਕੀਤਾ ਟੁਰੇ ਤਾਂ ਹੀ ਹਾਲੀ ਨਾ ਪਹੁੰਚ ਨਾ ਹੋਰ ਜਿਹੜੀਆਂ ਗੱਲਾਂ ਪੁੱਛਣਾ ਚਲੋ ਪੁੱਛੀ ਸੁਣਾਈ ਆ ਸੁਣਾਈ ਆ ਤੁਹਾਨੂੰ ਬਾਅਦ ਹੀ ਦੱਸ ਦੇਵਾਂਗੇ ਚਲੋ ਸੁਣਾਈ ਆ ਤੁਸੀਂ ਰਾਜਕ ਪੁੱਛ ਤੋਂ ਬਾਅਦ ਮੋਟਰ ਆਉਂਦੀ ਹੁੰਦੀ ਸੀ ਗੱਲ ਸ਼ਾਂਕਰੋ ਚੱਲਦੀ ਸੀ ਇੱਕ ਮੋਟਰ ਮੋਟਰ ਅੱਛਾ ਪਟਰਾ ਆਪਣੇ ਕੋਲੇ ਤੇ ਚੱਲਦੀ ਸੀ ਅੱਛਾ ਉਹਦੇ ਵਿੱਚ ਬਹਿ ਕੇ ਆਪਣੇ ਮੈਂ ਕੁਫੀ ਦੇ ਪਿੰਨ ਜਾਂਦਾ ਹੁੰਦਾ ਸੀਗਾ ਅੱਛਾ ਉੱਥੇ ਅੱਛਾ ਉਹਦੇ ਤੇ ਪਿੰਨ ਦਾ ਨਾਮ ਸੀਗਾ ਆਪਣੇ ਅੱਗੇ ਮੈਂ ਯਾਦ ਕੀਤਾ ਸੀਗਾ ਚੁਰਕ ਹੈਂ ਚੋਰਾ ਕਿ ਕੀ ਦੱਸਦੇ ਪੈਸਾ ਨਾ ਘੁੰਮਾ ਦੱਸਿਆ ਸੀ ਉਹਥੇ ਜਾਂਦਾ ਸੀਗਾ ਥੁੱਪੀ ਦਾ ਨਾਂ ਕੀ ਆ ਤੁਹਾਡੇ ਦਾ ਥੁੱਪੀ ਦਾ ਨਾਂ ਨੁਕ ਕੀ ਕਰਨਾ ਤੁਸੀਂ ਉਹ ਤੇ ਅੱਗੇ ਮੈਂ ਯਾਦ ਕਰ ਕਰਕੇ ਅੱਛਾ ਚਲੋ ਜਿਹੜਾ ਕੋਈ ਨਹੀਂ ਅਗਲਾ ਟੋਰ ਪੋ ਉਸ ਤੋਂ ਬਾਅਦ ਦੂਏ ਪਾਸੇ ਮੇਰਾ ਨਾਨਕਾ ਦਾ ਪਿੰਡ ਸੀਗਾ ਜੱਬੋਵਾਲ ਜੱਬੋਵਾਲ ਸੀ ਜੱਬੋਵਾਲ ਉੱਥੇ ਜਾਂਦਾ ਸੀ ਤੂੰ ਇੱਕ ਲੈਨ ਟੱਪ ਕੇ ਜਾਂਦੀ ਸੀ ਉੱਥੇ ਸੀਗਾ ਆਪਣਾ ਬੇਈ ਬੇਈ ਰੰਗਦੀ ਸੀਗੀ ਉਹ ਬੜੀ ਡੁੰਗੀ ਸੀ ਬੜਾ ਦਰਿਆ ਦਾ ਪਾਣੀ ਉਹਦੇ ਵਿੱਚ ਆਉਂਦਾ ਮੱਛੀ ਬੜੀ ਆਉਂਦੀ ਹੁੰਦੀ ਸੀਗੀ ਅੱਛਾ ਉਹਦੇ ਵਿੱਚ ਆਪਣਾ ਸਿਗਾ ਆਪਣਾ ਆਪਣਾ ਪਿੰਡ ਬੜਾ ਉੱਚੀ ਜਗ੍ਹਾ ਤੇ ਸੀਗਾ ਉਹ ਉੱਤੇ ਉੱਤੇ ਜਾਨੀ ਕਿ ਰਹਿੰਦੇ ਸੀਗੇ ਉਹ ਅੱਛਾ ਉਹ ਉੱਚੀ ਜਗ੍ਹਾ ਤੇ ਤੇੜੇ ਨੂੰ ਜਾਂਦਾ ਉੱਧਰ ਸੀਗਾ ਉਹ ਜੀ ਤੇ ਬਾਕੀ ਮੈਂ ਉੱਥੇ ਜਾਂਦਾ ਹੁੰਦਾ ਸੀਗਾ ਪਰ ਠੀਕ ਹੈ ਅੱਛਾ ਤੁਸੀਂ ਟੁਰੇ ਕਿਵੇਂ ਜੰਬੂ ਵਾਲ ਸੀਗਾ ਹੁਣ ਟੁਰੇ ਕਿਵੇਂ ਉੱਥੇ ਤੁਸੀਂ ਜਿਸ ਵੇਲੇ ਪਾਕਿਸਤਾਨ ਬਣ ਗਿਆ ਜੀ ਅਸੀਂ ਰਾਤ ਨੂੰ ਬਹਿ ਜਰਾ ਜਹਾ ਰਾਮ ਸਿੰਘ ਸਾਹਿਬ ਦਾ ਬੇਲੀ ਸੀਗਾ ਜੋ ਸੀਗਾ ਸਾਡੇ ਨਾਲ ਦਾ ਕਰਜੂ ਸੀਗਾ ਆਪਣਾ ਉਹਦਾ ਉਹਦਾ ਪਰਾਦਰ ਨਾਲ ਦਲੀਪ ਸਿੰਘ ਸੀਗਾ ਜੀ ਜੀ ਆ ਉਹ ਤਾਂ ਅਸੀਂ ਆਪਕੇ ਤੁਸੀਂ ਫਿਕਰ ਨਾ ਕਰੋ ਅਸਾ ਕੋਠੇ ਤੇ ਬਹਿ ਜਾਣਾ ਦੇਖਣਾ ਅਜ ਫਲਾਣੇ ਚੱਕ ਨੂੰ ਅਜ ਅੱਗ ਲੱਗੀ ਹੋਈ ਆ ਜੀ ਹਾਂ ਅਜ ਫਲਾਣੇ ਚੱਕਾ ਨੇ ਚੱਕਾ ਨੂੰ ਅੱਗ ਲਾ ਦਿੰਦੇ ਸੀਗੇ ਅੱਛਾ ਪੁਲਿਸ ਨੂੰ ਲਿਆਉਣਾ ਸਾਡੇ ਚੱਕਾਂ ਦੇ ਵਿੱਚੋਂ ਪਹਿਲੇ ਡੰਡੇ ਵੀ ਕੱਢ ਲੈ ਜਾਣੇ ਅੱਛਾ ਪੁਲਿਸ ਨੇ ਆ ਕੇ ਤਾਂ ਕਿ ਰਾਤ ਨੂੰ ਅੱਗ ਲਾ ਦੇਣ ਅੱਛਾ ਉਹਨਾਂ ਨੇ ਸਵੇਰ ਨੂੰ ਉੱਠਣਾ ਜਿਹੜੇ ਪਾਚਾ ਕਿਹਨਾਂ ਔਰਤਾਂ ਨੇ ਖੂਹਾਂ ਸ਼ਾਰਾ ਮਾਰ ਦੇਣੀਆਂ ਕਿ ਵੱਜ ਕੇ ਨੱਟੇ ਉਹਨਾਂ ਬਾਹਰ ਪਰਾਕਾਰ ਕੇ ਉਹਨਾਂ ਫੜਫੜ ਕੇ ਉਹਨਾਂ ਕਤਲ ਕਰਨਾ ਅੱਛਾ ਤੇ ਰੀਲ ਵੀ ਨੇ ਕੋ ਜਾਲ ਥੋੜਾ ਜਹਾ ਕੰਮ ਮੱਠਾ ਹੋਇਆ ਉਸ ਵੇਲੇ ਕਹਿੰਦੇ ਬਿਆਖਿਆ ਵੀ ਅਸਾ ਕਹਿੰਦਾ ਤੁਸੀਂ ਫਿਕਰ ਨਾ ਕਰੋ RAM ਸਿੰਘ ਨੇ ਆਲਾ ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ ਫਾੜ ਦੇ ਨੇੜੇ ਕੋਈ ਸ਼ੈ ਨਹੀਂ ਆਂਦੀ ਐ ਅੱਛਾ ਜਿਸ ਵੇਲੇ ਕੋਈ ਕੰਮ ਮੱਠਾ ਹੋਇਆ ਉਹਨਾਂ ਕਹਾਂ ਹਾਂ ਭਈ ਹੁਣ ਅਸਾ ਕੇ ਸਾਨੂੰ ਕੈਂਪ ਵਿੱਚ ਛੱਡ ਕੇ ਆਓ ਨਹੀਂ ਫਿਰ ਸਾਨੂੰ ਕੈਂਪ ਦੇ ਵਿੱਚ ਲਾਇਆ ਐ ਅੱਛਾ ਕੈਂਪ ਤੋਂ ਕਹਾਂ ਸਾਡੇ ਗਰ ਸ਼ੰਕਰ ਤਸੀਲ ਦੇ ਵਿੱਚ ਅੱਛਾ ਉੱਥੇ ਸਾਡੀ ਪੂਪੀ ਸੀ ਅਸੀਂ ਪੂਪੀ ਦੇ ਕੋਲ ਆ ਗਏ ਅੱਛਾ ਉੱਥੇ ਰਹੇ ਕੁਝ ਦਿਨ ਰਹੇ ਉਸ ਤੋਂ ਬਾਅਦ ਚੱਲ ਪਿਆ ਸਾਡਾ ਕੰਮ ਅੱਛਾ ਚਲਦੇ ਚਲਦੇ ਅਸੀਂ ਅਸੀਂ ਤੇ ਕਿਸ ਪੈਦਲ ਹੀ ਚੱਲੇ ਕਿ ਗੱਡਾ ਪੈਦਲ ਜੀ ਹਾਂ ਉੱਥੋਂ ਆ ਕੇ ਫਿਰ ਅਸੀਂ ਗੱਡਾ ਲਿਆ ਰੇੜਾ ਖੁਦ ਰੁੜ ਦਾਾਂ ਰੇੜਾ ਇੱਕ ਇੱਕ ਬੰਦੇ ਨੇ ਦਾਾਂ ਦੇ ਇੱਕ ਲਿਆ ਇੱਕ ਨੇ ਦੁਗਾਂ ਦਾਾਂ ਦੇ ਲਿਆ ਤੇ ਤੁਸੀਂ ਕੌਣ ਕੌਣ ਦੀ ਗੱਡਾ ਲਿਆ ਤੁਹਾਡੇ ਅੱਬਾ ਜੀ ਤੁਸੀਂ ਤੇ ਤੁਹਾਡੀ ਮਿੱਤ ਨੂੰ ਮਿੱਤ ਨੇ ਸਿੱਖ ਬੱਚੀ ਸੀਗੀ ਨਾਲ ਸਾਡੀ ਛੋਟੀ ਜੀ ਤੁਹਾਡੀ ਭੈਣ ਸੀ ਨਾ ਭੈਣ ਸੀ ਅੱਛਾ ਅੱਛਾ ਚਾਰੇ ਉੱਥੇ ਉਹ ਵੀ ਨਾਲ ਇੱਥੇ ਆ ਗਈ ਸੀ ਫਿਰ ਨਹੀਂ ਉਹ ਨਹੀਂ ਪਹੁੰਚੀ ਰਾਤ ਸਸਤੇ ਫੌਤ ਹੋ ਗਈ ਸੀ ਤੂੰ ਕਿਵੇਂ ਆਪਣੀ ਬਿਮਾਰੀ ਨਾਲ ਫੌਤ ਹੋ ਗਈ ਸੀ ਜਾਂ ਕਿਸੇ ਨੇ ਮਾਰ ਦਿੱਤਾ ਸੀ ਮਾਰਿਆ ਨਹੀਂ ਮਾਰੀ ਨਾ ਬੱਚੀ ਸੀਗੀ ਛੋਟੀ ਜੀ ਅੱਛਾ ਉਹ ਤੁਹਾਨੂੰ ਪਹੁੰਚ ਬੈਨਗੇ ਅੱਛਾ ਉੱਥੋਂ ਚੱਲ ਕੇ ਜੀ ਅਸੀਂ ਆ ਗਏ ਸਾਡਾ ਫਿਰ ਕੁਝ ਦਿਨਾਂ ਤੋਂ ਬਾਅਦ ਕੈਂਪ ਚੱਲ ਪਿਆ ਅੱਛਾ ਕੈਂਪ ਚੱਲਿਆ ਜਿਹੜੇ ਪੈਦਲ ਸੀ ਉਹ ਪੈਦਲ ਤੁਰ ਪਏ ਰੋਜਾਂ ਦੇ ਜੋ ਕੁਸੇਗਾ ਚੱਕ ਚੱਕੇ ਬਾਅਦ ਮਾਰਿਆ ਖੇਤ ਉੱਤੇ ਮਗਾਲ ਭਰਿਓ ਜਿ ਕਿਹੜੀ ਕਿਹੜੀ ਚੱਕ ਲੈਣੀ ਸੀ ਜੀ ਸਹੀ ਹੈ ਉੱਥੋਂ ਤੁਰ ਪਏ ਤੁਰਦੇ ਆ ਤੁਰਦੇ ਆ ਸੀ ਫਲੋਰ ਆ ਅੱਛਾ ਵਿੱਚ ਥੋੜੀ ਜਿਹੀ ਗੱਲ ਕਰਨੇ ਘਰ ਜਿਹੜਾ ਹੈ ਤੁਹਾਡਾ ਹਾਂ कितने कमरे सन उस घर उस घर के साढ़े को दो ही कमरे से तो छोड़न लगे को दुख तकलीफ तो कोई उसी? तकलीफ नहीं हुई है कोई परेशानी मैं परेशानी नहीं, कोई नहीं हुई है असि खुश थे अच्छा कि अस पाकिस्तान में जा रहे हैं अस अच्छा। मुसलमान में जा रहे अच्छा फलोर पहुंचे फलोर पहुंचे फिर फलोर फिर उसे आके गए उसे आके ਆਪਲੀ ਇਦ ਕੁਰਬਾਨੀ ਸਾਡੀ ਉੱਥੇ ਹੋਈ ਹੈ ਫਲੋਰ ਆ ਕੇ ਅੱਛਾ ਉੱਥੇ ਕੁਰਬਾਨੀ ਹੋਈ ਕਿਸੇ ਐਸਾ ਜਾਨਵਰ ਤੇ ਜਮਾ ਕੀਤਾ ਕੋਈ ਨਹੀਂ ਸੀ ਇਤਨਾ ਸਾਡੀ ਕੁਸੀਆ ਉੱਥੇ ਕਿਨੇ ਆਨੇ ਕੋਈ ਕੀਤੇ ਕੋਤੇ ਉੱਤੂ ਗਿਆ ਕੁਛ ਦਿਨ ਠਹਿਰੇ ਫੇਰ ਆ ਗਿਆ ਆਪਣਾ ਗੱਡੀ ਲੱਗ ਗਈ ਜੀ ਜਿਹੜੇ ਗੱਡੇ ਵਾਲੇ ਸੀਗੇ ਉਹ ਰਹਿ ਗਿਆ ਜਿਹੜੇ ਪੈਦਲ ਸੀਗੇ ਉਹ ਸਾਰੇ ਗੱਡੀ ਚੜ ਗਏ ਅਸੀਂ ਵੀ ਗੱਡੀ ਚ ਆਹ ਰੀਅਲ ਗੱਡੀ ਅੱਛਾ ਜਿਹੜਾ ਸਾਨੂੰ ਪਾਕਿਸਤਾਨ ਚ ਲਾਇਆ ਅੱਛਾ ਉਸੇ ਚੜ ਕੇ ਅਸੀਂ ਆ ਗਿਆ ਆਪਣੇ ਐਫ ਐਫ ਆਪਣੇ ਆਪਣੇ ਲਾਹੌਰ ਆ ਗਏ ਭਾਗੇ ਭਾਗੇ ਜੀ ਉੱਤੇ ਇੱਕ ਸੜਕ ਦੇ ਕਿਨਾਰੇ ਸਾਲ ਨਾ ਸੀਗਾ ਉੱਥੇ ਆਕਰ ਆਪਣਾ ਜਿੱਥੇ ਤਸਵੀਰ ਸੀ ਸ਼ੇਖੂਪੁਰ ਦੀ ਉਹਦਾ ਕੀ ਨਾਮ ਆ ਫਿਰੋਜ਼ 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 ਆਲਾ ਨਹੀਂ ਉਸ ਨਾਲ ਹੀ ਤਸਵੀਰ ਆਪਣਾ ਸ਼ਾਦਰਾ 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 ਉੱਥੇ ਸਾਨੂੰ ਸੜਕ ਦੇ ਕਿਨਾਰੇ ਆਕ ਨੂੰ ਉਤਾਰ ਦਿੱਤਾ ਉੱਥੇ ਹੱਥੇ ਬਹਿ ਪਏ ਪਿੱਛੇ ਗੱਡਿਆਂ ਵਾਲੇ ਆਏ ਉਹਨਾਂ ਦੇ ਨਾਲ ਫਿਰ ਸਾਨੂੰ ਉਹਨਾਂ ਦਾ ਆਤਾ ਵੀ ਜਾਓ ਹੁਣ ਤੁਸੀਂ ਆਪਣਾ ਤਸਵੀਰ ਦੀ ਪਾਲ ਪਰ ਅੱਛਾ ਜ਼ਿਲ੍ਹਾ ਸਾਹਿਵਾ

ਉੱਥੋਂ ਆ ਗਿਆ ਬਾਪ ਅੱਛਾ ਬਾਪ ਤੱਕ ਹੁਣ ਕੀ ਕਰੀਏ ਹੁਣ ਟੱਪ ਕਰਕੇ ਤੁਰ ਪਏ ਸਲ ਸਾ ਆਪਣਾ ਸਾ ਆਪਣਾ ਜਿਹੜੀ ਸਲਕ ਜਾਂਦੀ ਸੀ ਤਾਦਰ ਆਣ ਉਸਤੇ ਤਾਦਰ ਲੈ ਲੈ ਤਾਦਰ ਆਲੇ ਪਾਸ ਬੰਗਲੇ ਗੁਗਰੇ ਆਲੇ ਬੰਗਲੇ ਗੁਗਰੇ ਅਸੀਂ ਆ ਗਏ ਅੱਛਾ ਬੰਗਲੇ ਗੇਰ ਗਿਆ ਕੇ ਗੱਡੇ ਛੱਡ ਦਿੱਤੇ ਹੁਣ ਕੀ ਕਰੀਏ ਉਹ ਨਾਕਿਆ ਤੁਸੀਂ ਹੁਣ ਇੰਦਾ ਕਰੋ ਇੱਥੇ ਬੈਠੋ ਤਾਂਨੇ ਚਬਾਰਾ ਮਿਲ ਗਿਆ ਉਹਦੇ ਚਬਾਰੇ ਚ ਬੈਗ ਹੁਣ ਕੀ ਕਰੀਏ ਹੁਣ ਆਖਿਆ ਅਸੀਂ ਜਾਂਦੇ ਆਂ ਫੈਸਲਾਬਾਦ ਉੱਥੇ ਸਾਡਾ ਇੱਕ ਹੈਗਾ ਸੀ ਮਾਮੇ ਦੇ ਪੁੱਤ ਰਹਿੰਦੇ ਸੀ ਉਹਨਾਂ ਕੋ ਸਾਡੇ ਨਾਨਕੇ ਦੇ ਘਰ ਪਹੁੰਚ ਗਏ ਉਸੇਗੀ। ਸਾਡੇ ਵਾਲਦ ਉੱਥੋਂ ਆਇਆ ਉਹਨਾਂ ਦੇ ਕੋਲ ਪਹੁੰਚਿਆ। ਉੱਥੋਂ ਇੱਕ ਬੰਦਾ ਨਾਲ ਲਿਆ ਉਹ ਸਾਨੂੰ ਆ ਕੇ ਉੱਥੇ ਫੇਰ ਲੈ ਗਿਆ। ਅਸੀਂ ਉੱਥੇ ਚਲੇ ਗਏ। ਉੱਥੋਂ ਅਸੀਂ ਚੰਨ ਦਿਨ ਠਹਿਰੇ ਉਹਨਾਂ ਆ ਕੇ ਰੋਟੀ ਦਾ ਬਹਾਨਾ। ਉੱਥੋਂ ਅਸੀਂ ਮਾ ਲਗੁੰਦੀ ਆ ਗਏ ਨਹਿਰ ਦੇ ਨਾਲ। ਹਾਂ ਜ਼ਿਲ੍ਹਾ ਲਾਲਪੁਰੇ। ਜ਼ਿਲ੍ਹਾ ਫੈਸਲਾਬਾਦ ਦੇ ਵਿੱਚ। ਉੱਥੇ ਸਾਡੇ ਅੱਗੇ ਮਾਮਾ ਉੱਥੇ ਰਹਿ ਕੇ ਗਿਆ ਸੀਗਾ ਉਹ ਹਿੰਦੂ ਹੋਇਆ ਬਸੇਗਾ। ਪਹਾੜ ਸਿਗਾ ਤੇ ਜਿਹਨੂੰ ਦੇ ਬਣਾਇਓ ਸੀਗੀ ਅੱਜ ਜਿਹੜੀ ਚੱਕਰ ਵਾਲੀ ਹੁੰਦੀ ਆ ਉਹ ਚੱਕੀ ਫਿਰਦੇ ਸੀ। ਉਹਦਾ ਉਹ ਦੇਵਤਾ ਸੀਗਾ। ਅੱਛਾ। ਉੱਥੇ ਆਗਾ। ਮਾਮਾ ਤੁਹਾਡਾ। ਮਾਮਾ ਸਾਡਾ। ਹਿੰਦੂਆਂ ਦਾ ਮੌਣਾ ਨਾ ਪਾਦਰੀ ਹੋਣ ਬਣਿਆ। ਹਾਂ ਪਾਦਰੀ ਬਣਿਆ। ਪਾਦਰੀ ਤਾਂ ਨਹੀਂ ਹੋਣਗੇ। ਬੱਜਾ ਹੋਰ ਬਣ ਗਏ ਸੀ। ਹਿੰਦੂਆਂ ਦਾ ਗੁਰੂ ਬਣਿਆ। ਉਹਨਾਂ ਵਜਾ ਇੱਕ ਹੋਰ ਬਣ ਗਏ ਸੀ। ਉਹ ਕਿਸ ਖੱਤਰੀ ਨਾਲ ਪੜਾਣਾ ਸੀ ਕਰਕੇ ਤਰਾਲੀ ਨਾਲ। ਉਹਨਾਂ ਨੇ ਪਾਰਾ ਪੜਾਉਂਦਾ। ਉਹਦੇ ਜੋੜਾ ਜਿਹਾ ਵਪਾਰ। ਅੱਛਾ। ਉਹ ਪਹਾੜ ਹੋਗੀ। ਅੱਛਾ। ਜਵਾਨ ਸੀਗਾ। ਬਸ ਫਿਰ ਉਹ ਕਾਬਦਾ ਨੇ ਛੱਡ ਦਿੱਤਾ ਅੱਗੇ ਸਾਡੀ

ਦੇਖਿਆ ਆਤਾ ਕਿ ਦਰਿਆ ਨਹਿਰ ਆਗੇ ਨਰਮਲੀ ਵੱਡੀ ਮਲੂਮਗ ਦੀ ਸੋਤ ਤੇ ਨਾਲ ਆ ਇਹ ਜੰਗ ਬਰਾਚ ਜੜੀ ਜੰਗ ਬਰਾਚ ਉੱਥੋਂ ਅੱਛਾ ਹੁਣ ਅੱਛਾ ਚਲੋ ਆਤਾ ਹੈ ਦਾਨੇ ਆ ਨਾਲੇ ਦਾ ਨਾਲ ਡਕਣਾ ਕਿਤੇ ਪੁੱਲ ਵੀ ਨਾ ਜਾਈਏ ਬੱਲਵਾ ਵਾਲੇ ਜਾ ਕੇ ਦਾਨੇ ਢੂਣ ਥੋੜੇ ਬੱਤੇ ਬਿਆਂਦੇ ਅੱਛਾ ਕੋਈ ਖਾਲ ਦੇ ਹੋਰ ਤੋਂ ਨਾ ਆ ਕੇ ਤੂੰ ਬੱਲਵਾ ਆ ਨਸਾਣਾ ਇੱਥੇ ਨ ਜਾਉਤਾ ਅੱਛਾ ਉੱਥੇ ਦਾਨੇ ਵਾਲੇ ਆ ਕੇ ਜੇ ਲਿਆਇਆ ਤੂੰ ਕਿ ਬਾਬਾ ਕਹਿੰਦਾ ਇੱਥੇ ਗੁਜ਼ਾਰਾ ਤੇ ਨਹੀਂ ਹੁੰਦਾ ਉਹ ਗਿਆ ਆਪਣਾ ਆਪਣੇ ਫੈਸਲਾਬਾਦ ਉੱਤੋਂ ਕੋ ਜੋ ਸਮਾਨ ਲੈ ਆ ਤੇ ਇੱਥੇ ਆ ਗਿਆ ਰਮਾਨੇ ਰਮਾਨੇ ਕੁਝ ਕਾਰਗਵਾਰ ਆਪਣਾ ਸ਼ੁਰੂ ਕੀਤਾ ਦੁਕਾਨ ਲਈ ਜੇ ਬਣਾਈ ਇੱਥੇ ਆ ਗਿਆ ਉੱਤੇ ਬੜੇ ਖੁਸ਼ ਹੋਏ ਤੋਨ ਮਾਣ ਮਤਲਬ ਤੁਹਾਨੂੰ ਘਰ ਇੱਥੇ ਕੋਈ ਹਿੰਦੂਆਂ ਦਾ ਛੋੜਿਆ ਘਰ ਮਿਲ ਗਿਆ ਜਾਂ ਕੋਈ ਕਾਰ ਮਿਲ ਗਿਆ ਉਸ ਵੇਲੇ ਸਾਰੇ ਬੇਨੇ ਸਾਨੂੰ ਉਸੇ ਖੁਸ਼ ਨਹੀਂ ਸੀ ਵੀ ਅਸੀਂ ਵੱਡਾ ਘਰ ਵੀ ਲੈ ਲਈ ਅਸੀਂ ਉਸ ਪਰ ਤੋਂ ਕੋ ਲੈ ਸਕਦੇ ਸੀ ਅੱਛਾ ਅਸਾ ਕੋਈ ਤਮਾ ਨਹੀਂ ਕੀਤਾ ਇੱਕ ਛੋਟੇ ਜਿਹੇ ਘਰ ਚ ਅਸੀਂ ਕਿਤੇ ਰਹਿਣ ਲੱਗ ਪਏ ਸਹੀ ਕੁਝ ਦਿਨ ਤੋਂ ਬਾਅਦ ਸਾਨੂੰ ਜ਼ਮੀਨ ਦਾ ਠੇਕਾ ਕਿਲਾ ਕਿਲਾ ਮਿਲ ਗਿਆ ਇੱਕ ਫੀ ਮਰਦੀ ਵੀ ਆਪਣਾ ਗੁਜ਼ਾਰਾ ਸਕੀਨ ਤੇ ਅੱਛਾ ਉਸ ਉਹ ਲੈ ਲਿਆ ਅੱਛਾ ਉੱਤੇ ਬਿ ਗੁਜ਼ਾਰਾ ਹੋਣ ਲੱਗ ਗਵਰਨਮੈਂਟ ਨੇ ਦਿੱਤਾ ਗਵਰਨਮੈਂਟ ਨੇ ਦਿੱਤਾ ਅੱਛਾ ਹੋਣ ਕੀ ਪੁੱਛਣਾ ਹੋਣ ਮੈਂ ਕਿਹਾ ਇੱਥੇ ਮੜ ਜਿਹੜਾ ਤੁਸੀਂ ਉੱਥੋਂ ਨਿਕਲ ਨਾਲ ਤੇ ਤੁਹਾਡੇ ਸਲੂਕ ਰਾਮ ਸਿੰਘ ਤੋਂ ਇਲਾਵਾ ਕਿਸੇ ਤੁਹਾਨੂੰ ਤੰਗ ਤਾਂ ਨਹੀਂ ਕੀਤਾ ਹਾਂਜੀ ਸਾਨੂੰ ਕਿਸ ਨੇ ਤੰਗ ਨਹੀਂ ਕੀਤਾ ਮੈਂ ਆਪਣੇ ਤੇ ਨੱਕ ਦੱਸਿਆ ਸੀ ਆਪਣਾ ਚਲੇਗਾ ਬੜਾ ਚੌਰ ਫੁੱਫੀ ਦੇ ਪਿੰਡ ਦਾ ਤੇ ਬੜਾ ਚੌਰ ਗੱਡੀ ਚੱਲਦੀ ਸੀ ਕੋਲੇ ਤੇ ਉੱਥੇ ਬੜਾ ਚੌਰ ਚਲੇਗਾ ਤੇ ਮੇਰੀ ਫੁੱਫੀ ਸੀ ਉਹ ਤੋਂ ਰਹਿਣਾ ਆਲਾ ਉਹ ਰਾਸਤੇ ਦੇ ਵਿੱਚ ਕੋ ਪਿੰਡ ਅਸਾਂ ਨਾਨਕਾ ਦੇ ਆਹ ਰਾਸਤੇ ਇੱਕ ਲੈਂਡ ਟੱਪ ਕੇ ਜਾਂਦੇ ਸੀ ਜੀ ਹਾਂ ਲੈਂਡ ਟੱਪ ਕੇ ਇਸ ਤਰ੍ਹਾਂ ਉਹਦਾ ਪਿੰਡ ਦਾ ਸੀਗਾ ਜੱਬਵਾਲ ਜੱਬਵਾਲ ਜਾਣਾ ਉਹ ਉੱਚਾ ਸੀਗਾ ਕਿੱਥੇ ਉੱਥੇ ਪਿੰਡ ਉਦਾਂ ਵੀ ਉਹ ਪਿੰਡਾਂ ਦੇੰਤੂ ਵਿੱਚ ਜਿਹੜਾ ਉਸ ਵੇਲੇ ਤੁਹਾਡਾ ਮਤਲਬ ਚਾਹ ਕੈ ਸੀ ਤੁਸੀਂ ਖੇਡਾਂ ਛੇਡਾਂ ਕੀ ਖੇਡਦੇ ਸੀ ਉਸ ਵੇਲੇ ਫਿਰ ਉੱਥੇ ਜ਼ਿਆਦਾ ਕੌਡੀ ਖੇਡਦੇ ਸੀ ਅੱਛਾ ਉਹ ਉੱਥੇ ਕਿਹੜੀ ਖੇਡ ਹੋਣੀ ਸੀ ਨਾ ਕੋਈ ਕ੍ਰਿਕਟ ਸੀ ਨਾ ਬੱਲੇ ਦਸਵਗਾ ਤਾਂ ਆਇ ਨਹੀਂ ਸੀ ਕੋਈ ਬੱਲਾ ਨਹੀਂ ਸੀ ਕੋਈ ਚਿੱਟਨੇ ਸੀ ਕਿਸੇ ਵੱਡੀ ਜ਼ਿਆਦਾ ਨਹੀਂ ਤੇ ਹੁਣ ਜਿਹੜਾ ਤੁਹਾਨੂੰ ਅਗਰ ਮਤਲਬ ਅਸੀਂ ਆਖੀਏ ਵੀ ਤੇ ਪਿੰਡ ਚਲੇ ਜਾਓ ਫਿਰ ਫੌਰਨ ਚਲੇ ਜਾਊਗਾ ਆਪਣਾ ਘਰ ਲਾ ਬਲੋਗੇ ਬਿਲਕੁਲ अच्छा गली ਦੇ ਵਿੱਚ ਮੈਨੂੰ ਸਾਰੀਆਂ ਗਲੀਆਂ ਦਿਸਦੀਆਂ ਫਲਾਨੇ ਉੱਥੇ ਚੜ ਕੇ ਗਲੀ 'ਚ ਐਦਾਂ ਮੁਰਨਾ ਐਦਾਂ ਮੋੜ ਕੇ ਕੁਤਾਰਿਆਂ ਦੇ ਘਰਾਂ ਨਾਲ ਸਾਡੀ ਗਲੀ ਆ ਉੱਥੇ ਸਾਡੇ ਦਿਲ ਤਕਰਦਾ ਸੀ ਜਾਣ ਵਾਸਤੇ ਨਾ ਜੀ ਬਿਲਕੁਲ ਨਹੀਂ ਕਰਦਾ ਮੋੜ ਕੇ ਕਿਉਂ ਨਹੀਂ ਕਰਦਾ ਪਿੱਛੇ ਨਹੀਂ ਕਿ ਇਹ ਚੰਗੀ ਜਗ੍ਹਾ ਜਿਹਾ ਉਹ ਚੰਗੀ ਸੀ ਉਸ ਨਾਲ ਚੰਗੀ ਜਗ੍ਹਾ ਉਹ ਸੀ ਉਹ ਸਾਡੀ ਸਾਡੀ ਜ਼ਮੀਨ ਉਹ ਕਾਬਲੇ ਕਾਸ਼ਤ ਪਹੁੰਚ ਬਿਹਤਰੀਨ ਜ਼ਮੀਨ ਸੀ ਅੱਛਾ ਉੱਥੇ ਬਗੈਰ ਪਾਣੀ ਤੋਂ ਫਸਲਾਂ ਹੁੰਦੀਆਂ ਸੀ ਕੁਹਾ ਦੀ ਬਾਹੀ ਸੀ ਕਿਸੇ ਕਿਲਾ ਹੋਇਆ ਕਿਸੇ ਰਾੜਾ ਹੋਇਆ ਜ਼ਮੀਨ ਸੀਗੀ ਆਪਣੇ ਕਿਸੇ ਦੀ ਕਨਾਲ ਹੈ ਕਿ ਦੀ ਦੋਖ ਦਾ ਉਹ ਸਾਡੇ ਵਕਤ ਦੇ ਵਿੱਚ ਉਸੇ ਮਿਲਿਓ ਮਰਬਾਬੰਦੀ ਹੋ ਗਈ ਜ਼ਮੀਨ ਇਕੱਠੀਆਂ ਹੋ ਗਈਆਂ ਉਹਨਾਂ ਦੀਆਂ ਸੜਕਾਂ ਬਣ ਗਈਆਂ ਪੱਕੀਆਂ ਜਾਂ ਕਿੰਦਾ ਹੁੰਦੀਆਂ ਇਹ ਪਿੰਡਾਂ ਦੇ ਵਿੱਚ ਕੱਚੀਆਂ ਸੜਕਾਂ ਉਹ ਥਾਲੀ ਪੈਦਾਬਾਰ ਉੱਥੇ ਹੁੰਦੀ ਸੀ ਜਿਆਦਾ ਖੁਸ਼ ਹੋ ਕੇ ਹੁੰਦੇ ਖਾਂਦੇ ਅੰਬ ਬਹੁਤ ਜ਼ਿਆਦਾ ਮਿੱਠਾ ਹੁੰਦਾ ਸੀ ਉੱਥੇ ਬਾਰਕੇ ਤੇ ਦਰਿਆ ਤਾਂ ਨੇੜੇ ਨਹੀਂ ਸੀ ਤੁਹਾਡੇ ਨਾ ਦਰਿਆ ਉੱਥੇ ਨੇੜੇ ਕੋਈ ਬਿਆਸ ਦੂਰ ਸੀ ਦੂਰ ਸੀਗਾ ਬਿਆਸ ਤੇ ਘਰ ਉੱਥੇ ਤੁਹਾਡੇ ਕੱਚੇ ਸਾਂਝੇ ਸੋਕਾ ਦੀ ਟਹਿਟਾਂ ਦੇ ਉੱਥੇ ਪੱਕਾ ਕੌਣ ਸੀ ਸਭ ਕੱਚੇ ਸੀਗੇ ਪੱਕੇ ਸ਼ਾਮੀ ਸ਼ਾਮੀ ਕੋਈ ਨਹੀਂ ਅੱਛਾ ਤੇ ਤੁਹਾਡੀ ਸ਼ਾਦੀ ਉੱਥੇ ਹੋ ਗਈ ਸੀ ਹਾਂਜੀ ਸ਼ਾਦੀ ਮੇਰੀ 55 ਚ ਇੱਥੇ ਹੋਈ ਹੈ ਅੱਛਾ ਅੱਛਾ ਸ਼ਾਦੀ ਬੜੀ ਟ੍ਰੇਜਿਕ ਸਟੋਰੀ ਨੰਦੀ ਲੇਕਿਨ ਬੇਗਮ ਇਹਨਾਂ ਦੀ ਉੱਥੇ ਦੇ ਰਹਿਣ ਵਾਲੀ ਸੀ ਤੇ ਤੁਹਾਡੇ ਘਰ ਦੇ ਉੱਥੇ ਦੇ ਰਹਿਣਾ ਕਿੱਥੇ ਦੇ ਉਤ ਪਤਰਾ ਦੇ ਪਿੰਡ ਦੇ ਪਿਛਲੇ ਆਹ ਪਰਲੇ ਉੱਥੇ ਇਕੱਠੇ ਹੀ ਉੱਥੇ ਰਹੇ ਆ ਨਹੀਂ ਇਹ ਬੇਗਮ ਤੁਹਾਡੇ ਉੱਥੋਂ ਹੀ ਵਾਕਿਫ ਹੋਏ ਆ ਨੀ ਸਾਡੀ ਦੇਖੋ ਨਾ ਉਹ ਤੁਹਾਨੂੰ ਦੱਸਿਆ ਬੜਾ ਚੌੜਾਂਦੀ ਸੀ ਸਾਡੀ ਫੁੱਫੀ ਬੜਾ ਚੌੜੀ ਸੀ ਅੱਛਾ ਤੁਹਾਡੀ ਫੁੱਫੀ ਦੀ ਕੁੜੀ ਹੈ ਇਹ ਸਾਡੀ ਫੁੱਫੀ ਦੀ ਕੁੜੀ ਹੈ ਬੜਾ ਚੌੜੀ ਚੰਗੀ ਲੰਦੀ ਸੀ ਵਿਆਹ ਕੇ ਅੱਛਾ ਕਦ ਵਿਆਹੀ ਆ ਯਾਰ ਉਹ ਆਰੇ ਫਾਲੇ ਆਏ ਤੋਰ ਹੋਰ ਕੋ ਪਿੰਡ ਦੀ ਗੱਲ ਉੱਥੇ ਤੁਹਾਨੂੰ ਯਾਦਗਾਰ ਕੋ ਵਾਕਿਆ ਬਚਪਨ ਦਾ ਕੋ ਖੇਡਾਂ ਛੇਡਾਂ ਦਾ ਕਿਸੇ ਬੇਲੀ ਨੂੰ ਬੰਦਾ ਮਰਦਾ ਕੁੱਟਦਾ ਕੋ ਲੜਦਾ ਬਿਰਦਾ ਕੋਈ ਦੀ ਗੱਲ ਯਾਦ ਰਹਿ ਜਾਂਦੀ ਹੈ ਕੋਈ ਸ਼ਾਦੀ ਸ਼ੁਗਲ ਕੋਈ ਸ਼ਾਦੀ ਦਾ ਸ਼ੁਗਲ ਮੇਲਾ ਸ਼ਾਦੀ ਸ਼ਾਦੀ ਸ਼ੁਗਲ ਦਿਸੂ ਸ਼ਾਦੀਆਂ ਸ਼ੁਗਲ ਸਗਾ ਅਸੀਂ ਬੇੜਾ ਹੁੰਦਾ ਇੱਕ ਆਪਣਾ ਖੇਲਿਆਂ ਦਾ ਬੇੜਾ ਅੱਛਾ ਉਹ ਸਾਡਾ ਜਮੇਸੀ ਹੱਸ ਸਕਦੇ ਕਰਨ ਵਾਲੇ ਮਿਸਾਲ ਉਹ ਬੜਾ ਤਲਕਾਤ ਹੁੰਦਾ ਸੀਗਾ ਅੱਛਾ ਉੱਥੇ ਜਾ ਕੇ ਸਾਡੀ ਸ਼ਾਦੀ ਸੀਗੀ ਅੱਛਾ ਉੱਥੇ ਸਾਡੀ ਮਾਂ ਚਲੀ ਗਈ ਸ਼ਾਦੀ ਤੇ ਅੱਛਾ ਸ਼ਾਦੀ ਤੇ ਗਈ ਤੇ ਪਿੱਛੇ ਮੈਂ ਵੀ ਜਗਾ ਤੇ ਪਤਾ ਨਹੀਂ 5 6 ਸਾਲਾਂ ਦਾ ਚ ਹੁਸਤਾ ਉਹ ਆਇਆ ਉਹਦਾ ਮੇਰੇ ਪੈਰ ਤੇ ਲੱਗੇ ਠਕ ਅੱਛਾ ਠਕ ਲੱਗਿਆ ਨਾ ਪੱਟ ਹੋ ਗਿਆ ਮੈਂ ਰੋ ਰੋਣਾ ਮ ਆਇਆ ਬਾ ਉਹ ਮੈਂ ਚੱਕ ਕੇ ਲਾਇਆ ਆਂ ਦਾ ਤੋਰ ਕੇ ਲਿਆ ਕੇ ਉਹ ਤਾਂ ਇਟਾ ਵੱਡਾ ਸਾਰਾ ਦਾ ਦਿੱਕਤ ਕੋਈ ਨਹੀਂ ਸੀ ਉਹ ਆ ਕੇ ਘਰ ਵਿੱਚ ਲੜ ਪਏ ਅੱਛਾ ਮੀਆਂ ਬੀਬੀ ਦੋਏ ਉਹ ਬੱਬੇ ਨੇ ਜਾ ਕੇ ਫੌਜ ਨੌਕਰੀ ਕਰ ਲਈ ਸਹੀ ਤੇ ਉਹ ਵੀ ਉੱਤੇ ਰਹਿ ਗਿਆ ਪਿਆ ਉਹ ਪੰਜ ਸਾਲ ਵੀ ਨੌਕਰੀ ਕੀਤੀ ਸਹੀ ਸਨ 45 ਦੇ ਵਿੱਚ ਆ ਕੇ ਫਿਰ ਲਟਾਇਆ ਅੱਛਾ ਜੇ ਤੁਸੀਂ ਗੱਡੀ ਦਾ ਸਫ਼ਰ ਕੀਤਾ ਟ੍ਰੇਨ ਦਾ ਜਾਂ ਰਾਤ ਵੇਲੇ ਗੱਡਿਆਂ ਤੇ ਬਸਣ ਤੁਸੀਂ ਕੋਈ ਕਤਲਗਾਰ ਅੱਖਾਂ ਨਾਲ ਵੇਖੀ ਕੋ ਹਾਂ ਵੇਖੀ ਹੈ ਹੋਰ ਕਤਲ ਨਹੀਂ ਅਸਾ ਕੋਈ ਕਤਲੋਗਤ ਨਹੀਂ ਦੇਖੀ ਹੋਰ ਅਸਾ ਉਹ ਜਗ੍ਹਾ ਦੇਖੀਏ ਜਿੱਥੇ ਦਰਿਆ ਆ ਗਿਆ ਸੀਗਾ ਪਾਣੀ ਰਾਵੀ ਰਾਵੀ ਸਤਲੋਜ ਸਤਲੋਜ ਅੱਛਾ ਸਤਲੋਜ ਦੇ ਵਿੱਚ ਉੱਥੇ ਕੈਂਪ ਲੱਗਾ ਸੀਗਾ ਪਾਣੀ ਆ ਗਿਆ ਦਰਿਆ ਦਾ ਜੀ ਹਾਂ ਦਰਿਆ ਦੇ ਵਿੱਚ ਪਾਣੀ ਆ ਉਸ ਵੇਲੇ ਕੋਈ ਟੈਲੀਫੋਨ ਨਹੀਂ ਸੀ ਕੋਈ ਇਤਨਾ ਜ਼ੇੜੇ ਮਾਇ ਗੱਲ ਕੋਈ ਨਹੀਂ ਸੀ ਜੀ ਜੀ ਬਿੱਦਾ ਕੈਂਪ ਵਿੱਚ ਰੁੜ ਗਿਆ ਐਦਾਂ ਲੈਨ ਸੀਗੀ ਲੈਨ ਦੇ ਉੱਤੇ ਸਿੱਖਾਂ ਨੇ ਆ ਕੇ ਡੇਰਾ ਲਾ ਦਿੱਤਾ ਬੇ ਕੋਈ ਬਾਹਰ ਨਿਕਲ ਜੇ ਬਾਹਰ ਨਿਕਲੋ ਮਾਰ ਚਟ ਅੱਛਾ ਤੁਹਾਡਾ ਕੋਈ ਲੁਕਿਆ ਪਾ ਪਸ ਤੇ ਇੱਕ ਬਈ ਗੱਡੀ ਆਈ ਫੌਜ ਦੀ ਉਹਨਾਂ ਕਿਸੇ ਕੰਨ ਪਜਾ ਤੱਕ ਈ ਡੱਕ ਉੱਤੇ ਚੜ ਕੇ ਬਚੇ ਤੇ ਕਈ ਰੋਲ ਰੜ ਗਿਆ ਵਿੱਚੇ ਕਈ ਖੰਭਿਆਂ ਦਾ ਲਟਕੇ ਕੁਝ ਰਕਤਾਂ ਤੇ ਚੜੇ ਐਦਾ ਕਰਕੇ ਕੁਝ ਆ ਸਭ ਤੋਂ ਪਹਿਲੇ ਵਾਕਿਆ ਹੋ ਚੁੱਕਾ ਸੀ ਅਸੀਂ ਉੱਤੇ ਲਾਸ਼ਾਂ ਪਈਆਂ ਦੇਖੀਆਂ ਅੱਛਾ ਤੁਸੀਂ ਤਾਂ ਆ ਬੋ ਤੇ ਬੱਚੇ ਹੋਣੇ ਦਾ ਖੌਫ ਤਾਂ ਆਇਆ ਹੋਣਾ ਇੱਕ ਵਾਰੀ ਨਹੀਂ ਕੋਈ ਖੌਫ ਨਹੀਂ ਆਇਆ ਹੈ ਅੱਛਾ ਕੋਈ ਖੌਫ ਨਹੀਂ ਆਇਆ ਹੈ ਅਸੀਂ ਨਾਲ ਤੁਰਦੇ ਆਇਆ ਆਪਣਾ ਫੌਜ ਨਾਲ ਦਰ ਦੂਰ ਲੈ ਗਿਆ ਸੀ ਲੈ ਗਿਆ ਸੀ ਇੱਥੇ ਆ ਕੇ ਜਿਹੜੇ ਪਾਕਿਸਤਾਨ ਦੇ ਲੋਕ ਨੇ ਵੀ ਤੁਹਾਡਾ ਠੀਕ ਸਲੂਕ ਕੀਤਾ ਅੱਲਾ ਦਾ ਫਾਜ਼ਲ ਰਿਆ ਕਿਸੇ ਨਾਲ ਕੋਈ ਅਸੀਂ ਨਾ ਕਿਸੇ ਨਾਲ ਜ਼ਿਆਤੀ ਕੀਤੀ ਇਤਨਾ ਸਾਡੇ ਨਾਲ ਕਿਸੇ ਨੇ ਕੀਤੀ ਕਿ ਬਚਪਨ ਜਣ ਬੇਲੀ ਆ ਤਮਦੇ ਸੁਣੋ ਤੇ ਦੱਸਿਆ ਕਰਨੈਲ ਸਿੰਘ ਤੇ RAM ji das ਦੋ ਦਾ ਦੋਸਤਾਂ ਇੱਕ ਆਪਣਾ ਕਰਨੈਲ ਸਿੰਘ ਤੇ RAM ji das ਜੀ ਜੇ ਸੁਣਦੇ ਪਏ ਹੋਣ ਜਾਂ ਕੋਈ ਨੰਦੇ ਜਿਹੜਾ ਤੇ ਬਾਬਾ ਜੀ ਹਲੇ ਹਯਾਤ ਨੇ ਮਾਸ਼ਾਅੱਲਾ ਤਕੜੇ ਨੇ ਪਿੰਡ ਆ ਤੈਨਸੂ ਹੂੰਗੜਾ ਸਹੂੰਗੜਾ ਪਿੰਡ ਹੈ ਬਾਬੇ ਉਹਨਾਂ ਦਾ ਤਹਿਸੀਲਗੜ ਸ਼ੰਕਰ ਤਹਿਸੀਲਗੜ ਜਿਹੜਾ ਹਸ਼ਿਆਰਪੁਰ ਜ਼ਿਲ੍ਹਾ ਹਸ਼ਿਆਰਪੁਰ ਤੇ ਬਾਬਾ ਜੀ ਜਿਹੜੇ ਬਹਾਇਤ ਨੇ ਤੇ ਸਾਡੇ ਇਸ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਨੰਬਰ ਹੋਏਗਾ ਕੋਈ ਉਹਦੇ ਪਿੰਡ ਦਾ ਬੰਦਾ ਸੁਣਨ ਵਾਲਾ ਹੋਵੇ ਵੀਡੀਓ ਸਾਡੀ ਵੇਖੇ ਤਾਂ ਜ਼ਰੂਰ ਰਾਬਤਾ ਕਰੇ ਬਾਬਾ ਜੀ ਦੇ ਬੇਲੀਆਂ ਦੀ ਠੀਕ ਹੈ ਜੀ ਦਲੀਪ ਜਿਹੜਾ ਦਲੀਪ ਸਿੰਘ ਵੀ ਹੈ ਰਾਮ ਸਿੰਘ ਦਾ ਪਿਰਾ ਉਹ ਵੀ ਮਰ ਗਏ ਉਹ ਤੋਂ ਵੱਡੇ ਸੀ ਕੋਈ ਨਿੱਕੇ ਨਾ ਉਹ ਵੀ ਮਰ ਗਏ ਰਾਮ ਸਿੰਘ ਹੀ ਮਰ ਗਏ ਉਹ ਬੜੇ ਜਵਾਨ ਸੀਗੇ ਨਮ ਉਸ ਵੇਲੇ ਅੱਛਾ ਜਿਹੜਾ ਸਕੂਲੇ ਸੀ ਸਕੂਲੇ ਤੁਸੀਂ ਉਸ ਵਕਤ ਹਿੰਦੀ ਪੜ੍ਹਦੇ ਸੋ ਜਾਂ ਗੁਰਮੁਖੀ ਆ ਨਾ 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 ਹਿੰਦੀ ਪੜ੍ਹਿਆ ਨਾ ਉਰਦੂ ਪੜ੍ਹਿਆ ਅੱਛਾ ਉਰਦੂ ਸਾਰੇ ਉਸ ਨੂੰ ਉਰਦੂ ਪੜ੍ਹਦੇ ਉਸ ਲਈ ਹਿੰਦੂ ਸੇਖ ਵੀ ਉਰਦੂ ਹੀ ਪੜ੍ਹਦੇ ਉਹ ਪੜ੍ਹਦਾ ਉਰਦੂ ਪੜ੍ਹਦੇ ਸਿ ਅੱਛਾ ਇੱਥੇ ਆ ਕੇ ਬਤਾਗਾ ਤੁਸੀਂ ਨਹੀਂ ਪੜ੍ਹੇ ਕੀ ਦੁਬਾਰਾ تعلیم ਨਹੀਂ ਥੇ ਕਿ ਆ ਕੇ ਸ਼ੁਰੂ ਆ ਕੇ ਆਪ ਕੀਤਾ ਦਾਖਲ ਹੋਇਆ ਹੈ ਤੀਸਰੀ ਜਮਾਤ ਦੇ ਵਿੱਚ ਦੂਜੀ ਦੇ ਵਿੱਚ ਨਸਰਾਣੇ ਜੋ ਸਾਰੇ ਵਾਸਤੇ ਜਾ ਕੇ ਮਿਡਲ ਜਾ ਕੇ ਕੀਤਾ ਆਪਣਾ ਪੜ੍ਹਰਾਂ ਦੇ ਵਿੱਚ ਅੱਛਾ ਸਾਲ ਦਾ ਇਤਿਹਾਸ ਖਟੋ ਕਤਾਬਤ ਵੀ ਦਾ ਇਹ ਤੈਨੂੰ ਰਾਮ ਨਰਨੰਦ ਨਾਨਕ ਦਾ ਪੁੱਤ ਸੀਗਾ ਹਾਂ ਸਹੀ ਉਹ ਪਿਛਲੇ ਦਿਨ ਇੱਥੋਂ ਜਿਹੜੇ ਗਏ ਨਾ ਬੰਦੇ ਉਹਨਾਂ ਦੀ ਇੱਕ ਬੰਦਾ ਇੱਥੇ ਸੀ ਮਲੋਤਰਾ ਸਾਹਿਬ ਸੀ ਨਾ ਮੇਰੇ ਖਿਆਲ ਨਾਲ ਉਹ ਇੱਥੋਂ ਗਿਆ ਸੀ ਹੁਣ ਉੱਥੇ ਰੋਤਕ ਰਹਿੰਦੇ ਨੇ ਗੁਰਮਜੀ ਹੋਣਗੇ ਹਾਂ ਉਹਨਾਂ ਨੇ ਵੀ ਆਪੋ ਆਪ ਕੋ ਕਿੱਥੇ ਚਲਾ ਗਿਆ ਇਹ ਜਿੱਤਰਾ ਛੱਟਾ ਦੇ ਆਈਦਾ ਨਾ ਸਾਡਾ ਛੱਟਾ ਆ ਗਿਆ ਹੁਣ ਸਾਡੀ ਬਰਾਦਰੀ ਆ ਕਿੱਥੇ ਕਿੱਥੇ ਪਹੁੰਚੀ ਬਰਾਦਰੀ ਸਾਡੀ ਕੋਈ ਲਾਹੌਰ ਬੈਠੀ ਹੈ ਕੋਈ ਆਪਣਾ ਆਪ ਚਲੀ ਗਈ ਆਪਣੇ ਆਰਫ ਵਾਲੇ ਹਾਂ ਆਰਫ ਵਾਲੇ ਆ ਕੋਈ ਆਰਫਾ ਆਪ ਆਪ ਸਾਰੇ ਦਿਨਾਂ ਤੱਕਰੀਬਨ ਫਿਰ ਹੋਈ ਆ ਘੁੰਮੇ ਹੋਇਆ ਚਲੋ ਬਾਬਾ ਜੀ ਹੋਰ ਕੋਈ ਗੱਲ ਤੁਸੀਂ ਸ਼ੇਅਰ ਕਰਨਾ ਸਾਡੇ ਨਾਲ ਤੁਸੀਂ ਉਹਨਾਂ ਮਤਲਬ ਦੱਸਣਾ ਚਾਹੋਗੇ ਸਾਨੂੰ ਜਾਂ ਕੋ ਆਪਣੇ ਬਤ ਦੱਸਿਆ ਗਈ ਉੱਥੋਂ ਦੀ ਗੱਲ ਜਿਹੜੀ ਹੈ ਉੱਥੋਂ ਦੀ ਗੱਲ ਸਾਡੀ ਫੁੱਟਾਂ ਖਾਂਦੇ ਸੀ ਤਰਬੂਜ ਤੇ ਫੁੱਟਾਂ ਹੁੰਦੀਆਂ ਸੀ ਅੱਛਾ ਇਹ ਸਬਜ਼ੀ ਫਰੂਟੇ ਹੁੰਦਾ ਹੀ ਹਾਂ ਇਹ ਕਿਉਂਕਿ ਰੇਤਲਾ ਇਲਾਕਾ ਸੀਗਾ ਇਹ ਜਿਆਦਾ ਮਿਲਦੀ ਸੀ ਅੱਛਾ ਤੇ ਮੱਕਈ ਤੇ ਗੰਗਮ ਬਗੈਰ ਪਾਣੀ ਹੁੰਦੀ ਸੀ ਦਰਿਆ ਦੀ ਤੇ ਬਾਰਸ਼ਾਂ ਦੀ ਵਜਾ ਨਾਲ ਬਾਰਸ਼ਾਂ ਦੀ ਕੋਈ ਕਾਸ਼ਤ ਨਹੀਂ ਹੁੰਦੀ ਆ ਬਾਰਸ਼ਾਂ ਨਾਲ ਸਭ ਮੱਕਈ ਇੰਨੀ ਹੁੰਦੀ ਸੀ ਕਿ ਭੁਖਦੀ ਨਹੀਂ ਸੀ ਤੇ ਪੀਣ ਵਾਲਾ ਪਾਣੀ ਵੀ ਖੂਹਾਂ ਦਾ ਹੀ ਪੀਣ ਵਾਲਾ ਪਾਣੀ ਖੂਹਾਂ ਦਾ ਹੀ ਲੈਂਦੇ ਸੀ ਉਹਦਾ ਖੂਹਾਂ ਦਾ ਲੈਂਦੇ ਸੀ ਮਿੱਠਾ ਖਾਲਾ ਪਾਣੀ ਇਸ ਪਾਣੀ ਨਾਲੋਂ ਖਲਦਾਰ ਜੀ ਬਿਹਤਰ ਸੀਗਾ ਕੋਈ ਬਿਮਾਰੀ ਨਹੀਂ ਸੀ ਅਸੀਂ ਉੱਥੇ ਵੀ ਕਹਿੰਦੇ ਹੁੰਦੇ ਸੀ ਬਾਹਰ ਦਾ ਪਾਣੀ ਦੁੱਧੋ ਕੇ ਤੇ ਸਾਡਾ ਪਾਣੀ ਜੱਕ ਬਰਾਬਰ ਹੈ ਠੀਕ ਠਾਕ